ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਇੱਕ ਬਹੁਤ ਸੋਹਣਾ, ਜੇ ਕਹਿੰਦੇ ਨਾ ਖੁੱਲ੍ਹੇ ਡੁੱਲੇ ਏਰੀਏ ਦੇ ਵਿੱਚ ਘਰ ਪਾਉਣਾ ਹੈਗਾ, ਉਹਦੇ ਵਾਸਤੇ ਡਿਜ਼ਾਇਨ ਲੈ ਕੇ ਆਏ ਹਾਂ। ਸਾਰਾ ਟੂਰ ਲਾਵਾਂਗੇ ਆਪਾਂ ਘਰ ਦਾ। ਬਹੁਤ ਸੋਹਣੀ ਲੋਕੇਸ਼ਨ ਬਣੀ ਹੋਈ ਆ ਅਤੇ ਹਜੇ ਕੰਮ ਚੱਲ ਰਿਹਾ ਕੋਠੀ ਦਾ ਕੰਪਲੀਟ, ਅਤੇ ਬਾਅਦ ਦੇ ਵਿੱਚ ਆਪਾਂ ਕੋਠੀ ਦੀ ਪੂਰੀ ਵੀਡੀਓ ਪਾਵਾਂਗੇ। ਪਰ ਜਿੱਥੋਂ ਤੱਕ ਕੰਮ ਹੋਇਆਗਾ ਬਹੁਤ ਸੋਹਣਾ ਹੋਇਆ ਅਤੇ ਇੱਕ ਇੱਕ ਚੀਜ਼ ਆਪਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦਈਏ, ਕਿੱਥੇ ਬਣੀ ਹੋਈ ਹੈ ਕੋਠੀ? ਇਹ ਮਾਨਸਾ ਕੈਂਚੀਆਂ ਦੇ ਬਣੀ ਹੋਈ ਹੈ ਜੀ। ਆਪਣੇ ਸ਼ੋਰੂਮ ਦੇ ਜਸਟ ਬੈਕ ਸਾਈਡ 'ਤੇ ਬਣੀ ਹੋਈ ਹੈ ਜੀ ਕੋਠੀ। ਠੀਕ ਹੈ ਬਾਈ ਜੀ। ਬਾਈ, ਘਰ ਵੀ ਦਿਖਾਵਾਂਗੇ ਨਾਲ ਨਾਲ ਕਿਵੇਂ ਬਣੇਗਾ। ਹਾਂਜੀ, ਤੇ ਨਾਲ ਆਪਾਂ ਟਾਈਲਾਂ ਦੀ ਵੀ ਗੱਲ ਕਰਾਂਗੇ। ਹਾਂਜੀ, ਕਿਉਂਕਿ ਇੱਥੇ ਟਾਈਲਾਂ ਤੁਹਾਡੀਆਂ ਸਾਰੀਆਂ ਲੱਗੀਆਂ ਹੋਈਆਂ ਨੇ। ਸਾਰਾ ਇੱਥੇ ਸੂਈ ਤੋਂ ਲੈ ਕੇ ਛੱਤ ਤੱਕ ਸਾਰਾ ਮਾਲ ਆਪਣਾ ਲੱਗਿਆ ਹੋਇਆ, ਸਾਰਾ ਬ੍ਰਾਂਡਡ ਮਾਲ ਲੱਗਿਆ ਹੋਇਆ ਜੀ। ਠੀਕ ਹੈ। ਦੇਸੀ ਇਹਦੇ ਵਿੱਚ ਕੁਛ ਵੀ ਨਹੀਂ ਲੱਗਿਆ ਹੋਇਆ ਬਾਈ। ਅੰਦਰ ਚੱਲਾਂਗੇ, ਐਲੀਵੇਸ਼ਨ ਦੇ ਡਰੋਨ ਸ਼ਾਟ ਚੱਲ ਰਹੇ ਨੇ। ਸਭ ਤੋਂ ਪਹਿਲਾਂ ਜੀ ਮੇਨ ਗੱਲ ਇੱਥੇ ਕਰੀਏ। ਹਾਂਜੀ, ਇੱਥੇ ਇੱਕ ਤਾਂ ਇੰਟਰਲੋਕ ਟਾਇਲ ਲੱਗਦੀ ਆ। ਹਾਂਜੀ, ਇੱਕ ਜ਼ਿਆਦਾਤਰ ਨਹੀਂ ਲੋਕ ਖੁੱਲ੍ਹੇ 'ਚ ਘਾਹ ਲਾ ਲੈਂਦੇ। ਹਾਂਜੀ ਹਾਂਜੀ। ਤੀਜੀ ਆਪਣੀ ਟਾਇਲ ਲੱਗੀ, ਟਾਇਲ ਲੱਗੀ। ਇਹਦੇ ਨਾਲ ਕੀ ਡਿਫਰੈਂਸ ਆਪਾਂ ਕਰ ਸਕਦੇ ਹਾਂ ਜੇ ਗੱਲ ਕਰੀਏ? ਇਹਦਾ ਹੀ ਮਤਲਬ ਪ੍ਰੋਪਰ ਜਿਹੜੀ ਜਿਹੜੀ ਚੀਜ਼ 'ਤੇ ਜਿੱਥੇ ਜਿੱਥੇ ਟਾਇਲ ਲੱਗਣੀ ਹੈ ਉੱਥੇ ਟਾਇਲ ਸੋਹਣੀ ਲੱਗਦੀ, ਇੱਥੇ ਘਾਹ ਲੱਗਣਾ ਘਾਹ ਸੋਹਣਾ ਲੱਗਦਾ। ਜਿਵੇਂ ਆਪਾਂ ਕਾਰ ਪੋਰਚ ਦੀ ਗੱਲ ਕਰੀਏ, ਉੱਥੇ ਗ੍ਰੇਨਾਈਟ ਸੋਹਣਾ ਲੱਗਦਾ। ਜਿਵੇਂ ਤੁਸੀਂ ਦੇਖ ਰਹੇ ਹੋ ਕਾਰ ਪੋਰਚ ਇੱਧਰ ਬਣਿਆ ਹੋਇਆ ਜੀ, ਉੱਥੇ ਗ੍ਰੇਨਾਈਟ ਲੱਗਿਆ ਹੋਇਆ ਪ੍ਰੋਪਰ। ਠੀਕ ਹੈ ਜੀ। ਇਹ ਮਤਲਬ ਬਰਾਂਡ ਆ ਗਿਆ ਖੁੱਲ੍ਹਾ, ਇੱਥੇ ਟਾਈਲ ਲੱਗੀ ਹੋਈ ਹੈ। ਜੇ ਇੱਥੇ ਆਪਾਂ ਇੰਟਰਲੋਕ ਲਾਈਏ ਤਾਂ ਉਹਦੀ ਕੱਲ੍ਹ ਨੂੰ ਸਫਾਈ ਕਰਨੀ ਔਖੀ ਹੈ, ਉੱਥੇ ਬੋਕਰ ਮਾਰਦੀ ਥੱਕ ਜਾਂਦੇ ਆਪਾਂ। ਠੀਕ ਹੈ ਜੀ। ਇਹਦੀ ਸਾਫ਼ ਸਫਾਈ ਵੀ ਵਧੀਆ ਹੁੰਦੀ ਹੈ ਅਤੇ ਦੇਖਣ ਨੂੰ ਵੀ ਸੋਹਣੀ ਲੱਗਦੀ। ਐਂਟੀ ਸਲਿੱਪ ਆ ਵੀ ਹੈ ਨਾ? ਪ੍ਰੋਪਰ ਐਂਟੀ ਸਲਿੱਪ ਆ ਜੀ, ਚਾਹੇ ਮੀਂਹ ਕਣੀ 'ਚ ਜਿਵੇਂ ਮਰਜ਼ੀ ਤੁਸੀਂ ਖੜ੍ਹੇ ਰਹੋ। ਠੀਕ ਹੈ ਜੀ। ਅਤੇ ਦੇਖਣ ਨੂੰ ਲੁੱਕ ਦੇਖੋ ਕਿੱਡੀ ਸੋਹਣੀ ਆਈ ਹੈ ਜੀ। ਅਤੇ ਬਾਈ, ਜੇ ਹੁਣ ਗੱਲ ਕਰੀਏ ਮੇਨ, ਜਿਵੇਂ ਗੱਡੀ ਚੜ੍ਹਦੀ ਹੈ ਟਰੈਕਟਰ ਚੜ੍ਹਦਾ ਤਾਂ ਨੋਰਮਲ? ਕੋਈ ਦਿੱਕਤ ਨਹੀਂ ਜੀ। ਠੀਕ ਹੈ। ਜਿਵੇਂ ਕਸਟਮਰ ਦੀ ਡਿਮਾਂਡ ਆ, ਜਿੰਨਾ ਕੁ ਵੇਟ ਕਸਟਮਰ ਨੇ ਚੜਾਉਣਾ ਜੀ, ਉਸ ਹਿਸਾਬ ਨਾਲ ਟਰੈਕਟਰ ਟਰਾਲੀ ਜਿਵੇਂ ਮਰਜ਼ੀ ਚੜ੍ਹੀ ਚੱਲੋ, ਕੋਈ ਦਿੱਕਤ ਨਹੀਂ ਜੀ। ਠੀਕ ਹੈ ਬਾਈ ਜੀ। ਅਤੇ ਆ ਜਾਓ ਬਾਈ, ਚੱਲਦੇ ਹਾਂ। ਟੋਟਲ ਏਰੀਆ ਬਾਈ ਸਕੁਅਰ ਫੁੱਟ ਜੇ ਕਰੀਏ, 5000 ਸਕੁਅਰ ਫੁੱਟ ਏਰੀਆ ਇਹ ਹੈਗਾ ਸਰ। ਇੰਟੀਰੀਅਰ ਕੋਠੀ ਦਾ ਮਤਲਬ 5,5500 ਕੋਠੀ ਦਾ ਇੰਟੀਰੀਅਰ ਹੈ। ਜੇ ਆਪਾਂ ਐਕਸਟੀਰੀਅਰ ਦੀ ਗੱਲ ਕਰੀਏ ਤਾਂ ਘੱਟੋ ਘੱਟ 4-5 ਹਜ਼ਾਰ ਸਕੁਅਰ ਫੁੱਟ ਬਾਹਰ ਹੈ ਜੀ। ਠੀਕ ਹੈ ਜੀ। ਐਕਸਟੀਰੀਅਰ ਦਾ ਅਤੇ ਆ ਜਾਓ ਵੀ, ਇੱਧਰ ਆ ਗਿਆ ਜੀ। ਆ ਸਾਰਾ ਦੇਖੋ ਕਾਰ ਪੋਰਚ ਬਣਿਆ ਹੋਇਆ, ਜੇ ਕਾਰ ਨਹੀਂ ਖੜਾਉਣੀ ਤਾਂ ਮੰਜੇ ਵਗੈਰਾ ਪਏ ਨੇ ਜੀ। ਠੀਕ ਹੈ। ਤੁਸੀਂ ਦੇਖ ਸਕਦੇ ਹੋ ਲੁੱਕ ਦੇਖੋ ਕਿੱਡੀ ਸੋਹਣੀ ਆਈ ਹੈ। ਨਾਲੇ ਇਹ ਪ੍ਰੋਪਰ 70-80% ਮੈਟ ਗ੍ਰੇਨਾਈਟ ਲੱਗਿਆ, ਮੈਟ ਜਿਹੜਾ ਕਿ ਐਂਟੀ ਸਲਿੱਪ ਹੈ। ਆਪਾਂ ਤਾਂ 20% ਗ੍ਰੇਨਾਈਟ ਦੀ ਪੱਟੀ ਪਾਈ ਹੋਈ ਹੈ ਓਨਲੀ। ਠੀਕ ਹੈ। ਗਲੋਸੀ ਦੀ, ਬਾਕੀ ਗਲੋਸੀ 20% ਆ ਗਿਆ, 80 ਵਾਲਾ ਆ ਗਿਆ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਬਹੁਤ ਸੋਹਣਾ ਲੱਗਦਾ ਉੱਧਰ, ਵਾਈਟ ਦਾ ਥੋੜਾ ਜਿਹਾ ਕੰਬੀਨੇਸ਼ਨ ਆ ਤੇ ਬਲੈਕ ਨਾਲ ਬਹੁਤ ਸੋਹਣੀ ਚੀਜ਼ ਮਤਲਬ ਉੱਠ ਕੇ ਆਉਂਦੀ ਹੈਗੀ, ਪੂਰੀ ਵਧੀਆ ਜੀ। ਇੱਧਰੋਂ ਛੱਤ ਵੀ ਦਿਖਾ ਦਿਓ ਬਾਈ, ਉੱਪਰ ਬਹੁਤ ਸੋਹਣਾ ਡਿਜ਼ਾਈਨ ਬਾਈ ਉਹਨਾਂ ਨੇ ਪਾਇਆ ਹੋਇਆ, ਡਾਊਨ ਸੀਲਿੰਗ ਦਾ ਬਹੁਤ ਵਧੀਆ ਡਿਜ਼ਾਈਨ ਪਾਇਆ ਹੋਇਆ ਜੀ। ਹਾਂਜੀ। ਲਓ ਵੀ ਦੋਸਤੋ, ਘਰ ਦੇ ਆਪਾਂ ਅੰਦਰ ਆ ਚੁੱਕੇ ਹਾਂ ਅਤੇ ਸਾਰਾ ਤੁਹਾਨੂੰ ਪਲਾਨ ਦੱਸਾਂਗੇ ਵੀ ਕਿੰਨੇ ਰੂਮ ਨੇ ਅਤੇ ਕੀ ਕਿਚਨ ਡਰਾਇੰਗ ਰੂਮ ਆ ਬਾਈ। ਨਾਲ ਨਾਲ ਆਪਾਂ ਟਾਈਲਾਂ ਦੀ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੱਸ ਦਈ ਕਿੰਨੇ ਰੂਮ ਨੇ ਇਹਦੇ ਵਿੱਚ? ਇਹਦੇ ਵਿੱਚ 3 ਰੂਮ ਨੇ ਜੀ, ਇੱਕ ਡਰਾਇੰਗ ਰੂਮ ਹੈ ਅਤੇ ਇੱਕ ਕਿਚਨ ਹੈ ਅਤੇ ਲੌਬੀ ਹੈ, ਦੇ ਵਿੱਚ ਹੀ ਸਟੇਅਰਸ ਜਾਂਦੀਆਂ ਨੇ। ਠੀਕ ਹੈ ਜੀ। ਲਓ ਵੀ ਦੋਸਤੋ, ਇੱਥੋਂ ਵੀ ਤੁਸੀਂ ਡਿਜ਼ਾਇਨ ਦੇਖੋ, ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨਾਂ ਨੇ ਤਿਆਰ ਕੀਤਾ ਹੋਇਆ। ਬਾਈ, ਕਿਹੜੀ ਇੱਥੇ ਕਿੰਨੇ ਬਾਈ ਕਿੰਨੇ ਦੀ ਲੱਗੀ ਹੈ ਅਤੇ ਕਿਹੜੇ ਸ਼ੇਡ ਆ? 32-64 ਸਾਈਜ਼ ਹੈ ਜੀ। ਕਜਾਰੀਆ ਕੰਪਨੀ ਦਾ ਬ੍ਰਾਂਡਡ ਟਾਈਲ ਹੈ ਜੀ। ਪ੍ਰੋਪਰ ਰੇਸ਼ੇ ਨਾਲ ਰੇਸ਼ਾ ਮੈਚ ਹੁੰਦਾ ਜੀ। ਤੁਸੀਂ ਦੇਖੋ, ਤੁਸੀਂ ਜੱਜ ਨਹੀਂ ਕਰਦੇ, ਦੇਖ ਸਕਦੇ ਹੋ ਦੋਸਤੋ ਤੁਸੀਂ। ਟਾਈਲ ਲੈ ਕੇ ਇਟਾਲੀਅਨ ਲੱਗਿਆ ਹੋਇਆ ਜੀ। ਹਾਂਜੀ, ਪ੍ਰੋਪਰ ਲੁੱਕ ਦੇਖੋ। ਬਿਲਕੁਲ ਜੀ, ਬਿਲਕੁਲ। ਅਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦਈਏ ਟਾਈਲ ਸਾਰੇ ਕਿਤੇ ਲੱਗੀ ਹੋਈ ਆ। ਇੱਧਰ 2 ਰੂਮ ਆ ਗਏ, ਇਸ ਤੋਂ ਅੱਗੇ ਬਾਈ ਆ ਜਾਓ, ਇੱਧਰ ਕਿਚਨ 'ਚ ਵੀ ਪ੍ਰੋਪਰ ਰੇਸ਼ਾ ਵੀ ਮੈਚ ਹੋਇਆ ਹੋਈ ਆ। ਦੇਖੋ ਸਾਰਾ ਪ੍ਰੋਪਰ ਰੇਸ਼ਾ ਨਾਲ ਰੇਸ਼ਾ ਪ੍ਰੋਪਰ ਮੈਚਿੰਗ ਆ। ਜੀ ਬਾਈ, ਮਾਰਬਲ ਦੀ ਥੱਪੀ ਨਾਲ ਹੁੰਦਾ ਨਾ ਜੀ, ਉਦਾਂ ਸਾਰਾ ਮੈਚ ਹੋਇਆ ਹੋਇਆ ਜੀ। ਬਾਈ, ਇੱਧਰ ਆ ਜਾਓ, ਕਿਚਨ ਦਿਖਾ ਦਈਏ ਇੱਕ ਵਾਰ। ਹਾਂਜੀ, ਆਹ ਕਿਚਨ ਹੈ ਜੀ, ਇਹ 'ਚ ਵੀ ਗ੍ਰੇਨਾਈਟ ਬਾਈ ਆਪਣੀ ਆ। ਹਾਂ, ਸਾਰਾ ਕੁਛ ਆਪਣੀ ਇਹਦੇ ਵਿੱਚ ਵੀ ਜੀ। ਠੀਕ ਹੈ ਜੀ। ਬਹੁਤ ਸੋਹਣੀ ਜੇ ਕਹਿ ਦੀ ਨਾ ਸਮਾਲ ਕਿਚਨ, ਅਤੇ ਬਹੁਤ ਸੋਹਣੇ ਤਰੀਕੇ ਨਾਲ HDHMR ਦੇ ਵਿੱਚ ਤਿਆਰ ਹੋਈ ਹੋਈ ਆ ਅਤੇ ਇੱਕ ਇੱਕ ਚੀਜ਼ ਤਸੱਲੀ ਬਖਸ਼ ਕੀਤੀ ਹੋਈ ਆ। ਇਹ ਵੀ ਕਿਚਨ ਸਮਾਲ ਤਾਂ ਕਰਕੇ ਬਣਾਈ ਹੋਈ ਹੈ, ਇਹ ਤਾਂ ਜਸਟ ਸਰਦੀਆਂ 'ਚ ਜਿਵੇਂ ਪਾਣੀ ਵਗੈਰਾ ਗਰਮ ਕਰਨਾ ਉਹਦੇ ਵਾਸਤੇ ਜੀ।
ਉਹ ਆਏ ਤਾਂ ਅੱਜ ਕੱਲ੍ਹ ਕਿਚਨ ਦੇ ਇਹਨਾਂ ਦੀ ਬਾਹਰ ਹੀ ਬਣੀ ਹੋਈ ਆ ਵੱਡੀ। ਅੱਛਾ, ਪਿੰਡ ਵਾਲਾ ਸਟਾਈਲ ਨਹੀਂ ਹੁੰਦਾ, ਖੁੱਲ੍ਹਮ ਡੁੱਲ੍ਹਾ ਉਹ ਚੀਜ਼ ਹੈ ਜੀ। ਠੀਕ ਹੈ ਜੀ, ਅਤੇ ਇੱਧਰ ਵੀ ਰੂਮ ਦਿਖਾ, ਇੱਧਰ ਆ ਰੂਮ ਹੈ ਜੀ। ਇਹ 'ਚ ਸਪੈਸ਼ਲ ਗੋਲਡਨ ਕਲਰ ਦੀ ਟਾਈਲ ਲੱਗੀ ਹੋਈ ਹੈ ਜੀ। ਠੀਕ ਹੈ ਜੀ, ਸਪੈਸ਼ਲ ਗੋਲਡਨ ਦੇ ਵਿੱਚ। ਕਸਟਮਰ ਦੀ ਡਿਮਾਂਡ ਸੀ ਵੀ ਮੈਨੇ ਆਪਦਾ ਬੈਡਰੂਮ ਜਿਹੜਾ ਮਾਸਟਰ ਬੈਡਰੂਮ ਹੈ ਉਹ ਥੋੜ੍ਹਾ ਹਟ ਕੇ ਕਰਨਾ, ਇੰਪ੍ਰੈਸ। ਇਹ ਬਹੁਤ ਜ਼ਿਆਦਾ ਸੋਹਣਾ ਕਲਰ ਆ ਬਾਈ, ਹੈ ਨਾ, ਪ੍ਰੋਪਰ ਗੋਲਡਨ ਲੁੱਕ ਦੇ ਵਿੱਚ। ਜਿਵੇਂ ਪਿੰਟਰਸਟ 'ਤੇ ਆਪਾਂ ਡਿਜ਼ਾਈਨ ਦੇਖਦੇ ਹਾਂ ਉੱਦਾਂ ਦੇ ਡਿਜ਼ਾਈਨ ਲੱਗੇ ਹੋਏ ਨੇ ਜੀ। ਸਾਰਾ ਇਹ ਹਰਦੇਵ ਮਾਰਬਲਸ ਦਾ ਮਾਲ ਲੱਗਿਆ ਜੀ ਆਪਣਾ। ਇੱਕ ਦੋਸਤ ਇੱਥੇ ਖਾਸ ਚੀਜ਼ ਹੋਰ ਦੱਸਣੀ ਬਣਦੀ ਆ, ਤੁਸੀਂ ਕਹਿੰਦੇ ਹੋ ਕਿ ਅਲਮਾਰੀਆਂ ਪੁਰਾਣੀਆਂ ਜੀ ਕਿਵੇਂ ਲੱਗਦੀਆਂ ਨੇ, ਇਹ ਘਰ ਨੂੰ ਮੋਡੀਫਾਈ ਕੀਤਾ ਹੋਇਆ ਹੈਗਾ, ਇੱਕ ਜਮਾਂ ਨਵਾਂ ਨਹੀਂ ਬਣਿਆ ਹੋਇਆ, ਪਹਿਲਾਂ ਇੱਧਰ ਕੁਛ ਕਮਰੇ ਹੈਗੇ। ਕੁਛ ਆਏ ਮੰਨ ਚਲੋ 70% ਮਾਲ ਮਕਾਨ ਪੁਰਾਣਾ ਜੀ, ਅਤੇ 30% ਨਵਾਂ ਐਡੀਸ਼ਨ ਕੀਤਾ। ਠੀਕ ਹੈ ਜੀ, ਹੁਣ ਇਹ ਇੱਧਰ ਡਰੈਸਿੰਗ ਰੂਮ ਆ ਗਿਆ ਜੀ। ਜੀ, ਇੱਧਰ ਤੁਸੀਂ ਦੇਖ ਸਕਦੇ ਡਰੈਸਿੰਗ ਬਣੇਗਾ, ਆਹ ਵਾਸ਼ਰੂਮ ਆ ਗਿਆ ਜੀ। ਠੀਕ ਹੈ ਜੀ, ਜਿਵੇਂ ਆਪਣੇ ਸ਼ੋਰੂਮ ਦੇ ਵਿੱਚ ਲਾਈਵ ਕਨਸੈਪਟ ਬਣੇ ਹੋਏ ਆ, ਪ੍ਰੋਪਰ ਉੱਦਾਂ ਬਣੇ ਹੋਏ ਆ ਜੀ ਇੱਥੇ ਕਨਸੈਪਟ। ਲਓ ਵੀ ਦੋਸਤੋ, ਇੱਕ ਇੱਕ ਚੀਜ਼ ਅਤੇ ਬਹੁਤ ਸੋਹਣੇ ਤਰੀਕੇ ਨਾਲ ਮਿਸਤਰੀਆਂ ਨੇ ਵੀ ਕੰਮ ਸੋਹਣਾ ਕੀਤਾ ਹੋਇਆ, ਅਤੇ ਸਭ ਤੋਂ ਵੱਡੀ ਗੱਲ ਹੈ ਜਿਹੜਾ ਬਾਈ ਹੋਰਾਂ ਦਾ ਮਟੀਰੀਅਲ ਆਇਆ ਟਾਈਲਾਂ ਦਾ, ਕਜਾਰੀ ਆ, ਤੁਹਾਨੂੰ ਪਤਾ ਹੀ ਹੈ ਵੀ ਨੰਬਰ 1 ਬ੍ਰਾਂਡ ਹੈਗਾ, ਅਤੇ ਬਹੁਤ ਸੋਹਣੇ ਤਰੀਕੇ ਨਾਲ ਜੇ ਕਹਿ ਦੀਏ ਫੀਲ ਆਉਂਦੀ ਹੈਗੀ। ਅਤੇ ਇੱਧਰ ਬਾਈ ਆ ਗਿਆ ਡਰਾਇੰਗ ਰੂਮ, ਹੈ ਨਾ, ਡਰਾਇੰਗ ਰੂਮ ਆ ਗਿਆ। ਠੀਕ ਹੈ ਜੀ, ਹਾਂ, ਇੱਧਰ ਵੀ ਕਸਟਮਰ ਦੀ ਸਪੈਸ਼ਲ ਡਿਮਾਂਡ ਸੀ ਵੀ ਡਰਾਇੰਗ ਰੂਮ ਨੂੰ ਆਪਾਂ ਹਲਕਾ ਡਾਰਕ ਰੱਖਣਾ। ਠੀਕ ਹੈ, ਡਾਰਕ ਦੇ ਵਿੱਚ ਫਿਰ ਆਪਾਂ ਇਟਾਲੀਅਨ ਕਨਸੈਪਟ ਲਾਇਆ ਹੋਇਆ ਜੀ, ਇੱਥੇ ਜਦੋਂ ਸੋਫਾ ਸੈੱਟ ਲੱਗ ਗਿਆ, ਫਰਨੀਚਰ ਲੱਗ ਗਿਆ, ਪੂਰੀ ਏ ਕਲਾਸ ਨਿਕਲ ਕੇ ਆਊਗੀ ਜੀ ਲੁੱਕ। ਠੀਕ ਹੈ ਜੀ, ਉੱਪਰ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਪੂਰਾ ਪ੍ਰੋਪਰ ਵਧੀਆ ਡਿਜ਼ਾਈਨ ਡਾਊਨ ਸੀਲਿੰਗ ਦੇ ਨੇ ਜੀ, ਦੇਖੋ। ਅਤੇ ਮੂਹਰੇ ਇੱਧਰ ਬਰਾਂਡਾ ਆ ਗਿਆ ਜਿਹੜਾ ਐਲੀਵੇਸ਼ਨ ਦਾ ਡਿਜ਼ਾਇਨ ਹੈ, ਤਾਂ ਅੰਦਰ ਨਾਲੇ ਤਾਂ ਸਿੱਧਾ ਚਾਨਣ ਆਉਂਦਾ ਗਾ, ਨਾਲੇ ਸਿੱਧੀ ਧੁੱਪ ਨਹੀਂ ਪੈਂਦੀ ਹੈ। ਹਾਂਜੀ ਹਾਂਜੀ, ਹੁਣ ਆਪਾਂ ਬਾਹਰ ਦੇਖਦੇ ਹਾਂ ਜੀ, ਪ੍ਰੋਪਰ ਬਾਲਕਨੀ ਅਲੱਗ ਬਣੀ ਹੋਈ ਹੈ। ਠੀਕ ਹੈ, ਆਹ ਬਾਹਰ ਵਿਹੜਾ ਆ ਗਿਆ ਪਰ ਇਹ ਬਾਲਕਨੀ ਬਣੀ ਹੈ, ਮੀਂਹ ਕਣੀ ਦੇ ਵਿੱਚ ਇੱਥੇ ਦੋ ਕੁਰਸੀਆਂ ਲੱਗੀਆਂ, ਹੁਣ ਕਸਟਮਰ ਜਿਵੇਂ ਮਰਜ਼ੀ ਆਪਦਾ ਇੰਜੋਏ ਕਰ ਰਹੇ ਇੱਥੇ ਬਹਿ ਕੇ। ਬਿਲਕੁਲ ਜੀ ਬਿਲਕੁਲ, ਇਹ ਬਾਈ ਕਿਹੜਾ ਡਿਜ਼ਾਈਨ ਆ ਗਿਆ ਹੈ, ਬਹੁਤ ਸੋਹਣਾ ਹੈ, ਮੈਟਲ ਕਲਰ ਨੇ ਜੀ ਇਹ, ਮੈਟਲ ਹੈ ਨਾ, ਸਪੈਸ਼ਲ ਪਲੈਂਕਸ ਦੇ ਵਿੱਚ ਆਉਂਦੇ ਨੇ ਮੈਟਲ ਕਲਰਸ। ਠੀਕ ਹੈ ਜੀ, ਇਹ ਜਿਵੇਂ ਬਾਲਕਨੀਜ਼ ਦੇ ਵਿੱਚ ਲੱਗਦੇ ਨੇ ਜਾਂ ਫਰੰਟ ਐਲੀਵੇਸ਼ਨ ਦੇ ਲੱਗਦੇ ਨੇ, ਇਹ ਜਿਵੇਂ ਬਾਈ ਇੱਥੇ ਧੁੱਪ ਪੈਣੀ ਤਾਂ ਰੰਗ ਰੁੰਗ ਤਾਂ ਨਹੀਂ ਉੱਡਦਾ, ਮਤਲਬ ਹੀ ਨਹੀਂ ਜੀ, ਕਜ਼ਾਰੀਆ ਦੀ ਬ੍ਰਾਂਡਡ ਟਾਈਲ ਹੈ, ਇਸ ਤੋਂ ਵੱਡੀ ਤਾਂ ਕੋਈ ਕੰਪਨੀ ਹੈ ਨਹੀਂ ਜੀ ਕਜ਼ਾਰੀਆ ਤੋਂ। ਠੀਕ ਹੈ ਜੀ, ਤੇ ਇੱਧਰ ਐਲੀਵੇਸ਼ਨ 'ਚ ਵੀ ਮੈਂ ਦੇਖ ਰਿਹਾ ਜਿਹੜਾ ਸਟੋਨ ਵਗੈਰਾ ਲੱਗੇ ਨੇ, ਉੱਪਰ ਸਾਰਾ ਸਟੋਨ ਲੱਗਿਆ ਹੋਇਆ, ਦੇਖੋ ਧਿਆਨ ਦੇ ਨਾਲ ਜੀ। ਠੀਕ ਹੈ ਜੀ, ਤੇ ਲਓ ਵੀ ਦੋਸਤੋ ਨਾਲ ਨਾਲ ਤੁਸੀਂ ਕੋਠੀ ਵੀ ਦੇਖ ਲਓ, ਡਿਜ਼ਾਈਨ ਤੁਹਾਨੂੰ ਪਸੰਦ ਆਉਣਾ ਹੈ, ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਕੰਮ ਹੋਇਆ ਹੈ, ਮਤਲਬ ਖਾਸ ਕਰਕੇ ਅੰਦਰ ਹਜੇ ਇੰਟੀਰੀਅਰ ਦਾ ਕੰਮ ਰਹਿੰਦਾ ਗਾ, ਪਰ ਬਾਹਰੋਂ ਤੁਹਾਨੂੰ ਜੱਜਮੈਂਟ ਹੋ ਗਈ ਹੋਊਗੀ ਵੀ ਇੱਕ ਇੱਕ ਚੀਜ਼ ਦੀ ਤਸੱਲੀ ਕਰਾਈ ਪਈ ਆ, ਪਾਵੇ ਪਿੱਲਰ ਜੋ ਵੀ, ਮਤਲਬ ਸੋਹਣੇ ਤਰੀਕੇ ਨਾਲ ਕੰਮ ਹੋਇਆ ਹੋਇਆ, ਸਾਫ਼ ਸਫਾਈ ਨਾਲ ਕੰਮ ਹੋਇਆ ਹੋਇਆ। ਇੰਨੇ ਡਿਮਾਂਡ ਸੀ ਵੀ ਕੋਠੀ ਨਾ ਵਧੀਆ ਘੈਂਟ ਤਰੀਕੇ ਨਾਲ ਤਿਆਰ ਕਰਨੀ ਆ ਸਪੈਸ਼ਲ, ਆ ਹਜੇ ਏਰੀਆ ਤਿਆਰ ਹੋ ਰਿਹਾ। ਠੀਕ ਹੈ ਬਾਈ ਜੀ, ਹਜੇ ਕੋਠੀ ਮਤਲਬ ਪ੍ਰੋਪਰ ਰੈਡੀ ਨਹੀਂ ਹੋਈ, ਹਜੇ ਹਾਫ਼ ਕੰਸਟਰਕਸ਼ਨ ਦੇ ਵਿੱਚ ਹੈ। ਠੀਕ ਹੈ ਬਾਈ ਜੀ, ਜੇ ਗੱਲ ਕਰੀਏ ਸਟੇਅਰ ਦੇ ਵਿੱਚ, ਤੇ ਕਿਹੜਾ ਆਪਣਾ ਗ੍ਰੇਨਾਈਟ ਲੱਗਿਆ ਹੋਇਆ ਸਟੇਅਰ ਦੇ ਵਿੱਚ? ਪ੍ਰੋਪਰ ਸਾਊਥ ਦਾ ਓਰੀਜਨਲ ਗ੍ਰੇਨਾਈਟ ਲੱਗਿਆ ਹੋਇਆ ਜੀ, ਪ੍ਰੋਪਰ ਗੋਲੇ ਤੇ ਡਬਲ ਗੋਲੇ ਤੇ ਪ੍ਰੋਪਰ ਸੇਮ ਕਲਰ ਹੈ ਜੀ, ਤੇ ਲੱਗੀ ਉਹਦੀ ਸ਼ਾਈਨ ਦੇਖੋ ਕਿੰਨੀ ਬਰਕਰਾਰ ਆਈ ਹੋਈ ਹੈ। ਬਿਲਕੁਲ ਜੀ, ਕਿੰਨੀ ਸੋਹਣੀ ਆਈ ਹੋਈ ਹੈ ਜੀ। ਜੀ, ਉਹ ਵੀ ਫਸਟ ਫਲੋਰ ਤੇ ਆ ਗਿਆ ਬਈ, ਫਸਟ ਫਲੋਰ ਤੇ ਕਿੰਨੇ ਰੂਮ ਨੇ, ਕੀ ਕੀ ਸਟਰਕਚਰ ਹੈ? ਫਸਟ ਫਲੋਰ ਤੇ ਯਾ ਲੌਬੀ ਆ ਗਈ, ਖੁਦਮ ਡੁੱਲੂ ਜੀ, ਦੋ ਰੂਮ ਆ ਗਏ, ਵਾਸ਼ਰੂਮ ਆ ਗਿਆ, ਨਾਲ ਬਾਹਰ ਵਿਹੜਾ ਆ ਗਿਆ ਜੀ, ਆਊਟਡੋਰ ਆ ਗਿਆ। ਠੀਕ ਹੈ ਜੀ, ਆ ਜਾਓ ਬਈ ਫਿਰ ਅੱਗੇ, ਇੱਥੇ ਵੀ ਪ੍ਰੋਪਰ ਟਾਈਲ ਦੇਖੋ, ਸਾਰੀ ਓਨਐਕਸ ਰੂਪ ਦੇ ਵਿੱਚ ਲੱਗੀ ਹੋਈ ਹੈ ਜੀ, ਜਿਹੜੇ ਮਾਰਬਲ ਹੁੰਦੇ ਨਾ ਓਨਐਕਸ ਦੇ ਵਿੱਚ, ਇਹਦੇ ਥੱਲੇ ਆਪਾਂ ਲਾਈਟਿੰਗ ਵੀ ਲਾ ਸਕਦੇ, ਉਹੀ ਆ ਗਈ। ਹਾਂ, ਇਹਦੇ ਵਿੱਚ ਆਪਾਂ ਲਾਈਟਿੰਗ ਵੀ ਲਾ ਸਕਦੇ ਹਾਂ ਜੀ। ਠੀਕ ਹੈ ਬਾਈ, ਉਹ ਜਿਹੜਾ ਮਾਰਬਲਾਂ ਦਾ ਉਹਦੇ ਥੱਲੇ ਲੱਗਦੀ ਹੈ ਇਹ ਟਾਈਲ ਹੈ, ਇਹ ਟਾਈਲ ਹੈ। ਹਾਂਜੀ, ਜਿਵੇਂ ਆਹ ਦੇਖੋ ਰੂਮ ਆ ਗਿਆ ਜੀ, ਇੱਧਰ ਰੂਮ ਆ ਗਿਆ ਦੋਸਤੋ, ਤੇ ਤੁਹਾਨੂੰ ਦੱਸੀਏ ਵੀ ਅਜੇ ਕੰਮ ਚੱਲ ਰਿਹਾ ਹੈਗਾ, ਪਰ ਨਾਲ ਨਾਲ ਆਈਡੀਆ ਮਿਲ ਜਾਂਦੇ ਨੇ। ਇੱਧਰ ਨਾ ਇੱਕ ਤੁਹਾਨੂੰ ਦਿਖਾਉਣੇ ਆ ਬਾਲਕੋਨੀ, ਬਹੁਤ ਸੋਹਣੀ ਬਣਾਈ ਆ, ਤੇ ਮੈਂ ਕਹਿੰਦਾ ਚਾਹੇ ਮੰਜਾ ਡਾਹ ਕੇ ਸਾਰਾ ਦਿਨ ਬਾਲਕਨੀ ਦੇਖੋ ਜੀ, ਨਾਲੇ ਇੱਧਰੋਂ ਸੇਫਟੀ ਪੱਖੋਂ, ਕੱਲ੍ਹ ਨੂੰ ਇਹ ਨਹੀਂ ਵੀ ਬੱਚੇ ਆ ਜਾਂਦੇ ਜੀ, ਕੋਈ ਟੈਨਸ਼ਨ ਵਾਲੀ ਗੱਲ, ਅਤੇ ਬਹੁਤ ਸੋਹਣੇ ਤਰੀਕੇ ਨਾਲ ਬਣਾਇਆ, ਅਤੇ ਇੱਧਰ ਪਸ਼ੂਆਂ ਦੀ ਵੀ ਰਾਖੀ,
ਇਹ ਵੀ ਇੱਕ ਵਾਰੀ ਜਿਹੜਾ ਧਿਆਨ ਰੱਖਿਆ ਬਾਈ ਹੋਰਾਂ ਨੇ ਹਨਾ। ਹਾਂਜੀ ਇੱਧਰ ਜਿਵੇਂ ਪਸ਼ੂ ਰਾਖੀ ਰਹਿੰਦੀ ਹੈਗੀ, ਬਾਕੀ ਇੱਧਰ ਵਿਊ ਵੀ ਪੂਰਾ ਵਧੀਆ ਆਉਂਦਾ, ਇੱਧਰ ਵਿਊ ਆਉਂਦਾ, ਇੱਧਰ ਦੇਖੋ ਜੀ ਸਾਰੀ ਹਰੇਵਾਈ ਆਉਂਦੀ ਹੈ, ਇੱਧਰ ਵਧੀਆ ਬਾਲਕਨੀ ਖੁੱਲ੍ਹਮ ਡੁੱਲੀ ਬਣਾਈ ਹੋਈ ਆ, ਅਤੇ ਬਾਈ ਨੇ ਦਰਖਤ ਵੀ ਪੂਰੇ ਲਾਏ ਹੋਣੇ ਆਲੇ ਦੁਆਲੇ, ਅਤੇ ਬਹੁਤ ਸੋਹਣਾ ਲੱਗਿਆ। ਅਤੇ ਬਾਈ ਉੱਧਰੋਂ ਵੀ ਦਿਖਾ ਦਈਏ ਹਨਾ, ਇਹ ਇਹ ਕਿਹੜੀ ਆ ਗਈ ਬਾਈ? ਇਹ ਵੁਡਨ ਲੁੱਕ ਦੇ ਵਿੱਚ ਆ ਗਈ ਜੀ, ਇਹ ਪ੍ਰੋਪਰ ਆਏ ਆ ਵੀ ਜਿਵੇਂ ਲੱਕੜ ਲੱਗੀ ਹੋਈ ਹੈ ਜੀ। ਠੀਕ ਹੈ ਜੀ, ਅਤੇ ਸਾਰੇ ਕਿਤੇ ਐਂਟੀ ਸਲਿੱਪ ਲਾਈ ਆ ਵੀ ਜਿੱਥੇ ਵੀ ਆਪਣਾ ਓਪਨ ਏਰੀਆ ਦੇ ਵਿੱਚ ਆਪਾਂ ਦੇਖੀਏ, ਆਪਣਾ ਮੋਸਟਲੀ ਰਹਿੰਦਾ ਜਿੰਨਾ ਵੀ ਓਪਨ ਏਰੀਆ ਵੀ ਉਹ 'ਚ ਐਂਟੀ ਸਕਿਡ ਲੱਗੇ ਵੀ ਪਾਣੀ ਦੇ ਵਿੱਚ ਵੀ ਪ੍ਰੋਬਲਮ ਨਾ ਆਵੇ ਸਲੀਪਿੰਗ ਦੀ। ਠੀਕ ਹੈ ਬਾਈ, ਬਈ ਇਹ ਬਾਹਰ ਵੀ ਆਪਣੀ ਇਹੀ ਟਾਇਲ ਲੱਗੀ ਹੈ ਕਿ ਇਹ ਕਿਹੜੇ ਡਿਜ਼ਾਈਨ ਹੈਗਾ? ਇਹ ਸਟੋਨ ਲੁੱਕ ਦੇ ਵਿੱਚ ਹੈ ਜੀ। ਠੀਕ ਹੈ ਜੀ, ਪ੍ਰੋਪਰ ਕੋਈ ਪਛਾਣ ਨਹੀਂ ਸਕਦਾ ਵੀ ਸਟੋਨ ਲੱਗਿਆ ਕਿ ਟਾਈਲ ਲੱਗੀ ਹੈ ਜੀ, ਕਿਉਂਕਿ ਇਹਦੇ ਪ੍ਰੋਪਰ ਲਾਈਨਿੰਗ ਦਿੱਤੀ ਹੋਈ ਹੈ, ਇਹਦਾ ਰੇਸ਼ਾ ਅਲੱਗ ਹੈ, ਇਹਦਾ ਅਲੱਗ ਹੈ, ਇਹਦਾ ਅਲੱਗ ਹੈ। ਇਹ 1.5x1.5 ਦੀ ਹੈ ਬਾਈ? ਹਾਂਜੀ, ਇਹ 16x16 ਦੀ ਹੈ ਜੀ। 16x16 ਦੀ ਪ੍ਰੋਪਰ ਸਟੋਨ ਪਰ ਲੱਗਦੀ ਹੈ ਨਾ, ਟਿੱਕੀਆਂ ਲੱਗੀਆਂ ਹੁੰਦੀਆਂ ਨੇ ਕਾਫੀ ਕਰਕੇ। ਆਪਣਾ ਮੇਨ ਮਕਸਦ ਹੀ ਇਹ ਹੈ ਵੀ ਜਿਵੇਂ ਟਿੱਕੀਆਂ ਲੱਗੀਆਂ ਹੋਣ ਜੀ। ਬਿਲਕੁਲ ਜੀ, ਇੱਥੇ ਤੁਸੀਂ ਦੇਖ ਸਕਦੇ ਹੋ ਨਿਚਲਾ ਲੁੱਕ ਵੀ, ਨਿਚਲੀ ਲੁੱਕ ਵੀ ਦੇਖ ਸਕਦੇ ਹੋ। ਇੱਥੋਂ ਪਤਾ ਲੱਗਦਾ ਬਈ ਅਸਲ ਜਿਹੜੀ ਆਪਣੀ ਓਪਨ ਏਰੀਆ ਦੇ ਵਿੱਚ ਲੱਗੀ ਹੈ ਟਾਇਲ ਕਿੰਨੀ ਸੋਹਣੀ, ਮੈਂ ਕਹਿੰਦਾ ਵੀ ਪੂਰੀ ਉੱਠ ਕੇ ਆ ਰਹੀ ਹੈ ਨਾ ਗੱਲਬਾਤ। ਅਤੇ ਸਾਹਮਣੇ ਬਾਈ ਹੋਰਾਂ ਦਾ ਹਰਦੇਵ ਮਾਰਬਲ ਰਹਿ ਗਿਆ, ਮਤਲਬ ਮਾਨਸਾ ਕੈਂਚੀਆਂ 'ਤੇ। ਲੋਕੇਸ਼ਨ ਦੱਸ ਦਈਏ ਬਾਈ ਆਪਾਂ ਦਰਸ਼ਕਾਂ ਨੂੰ? ਆਪਣਾ ਮਾਨਸਾ ਕੈਂਚੀਆਂ ਦੇ ਕਜ਼ਾਰੀਆ ਦਾ ਐਕਸਕਲੂਸਿਵ ਸ਼ੋਰੂਮ ਹੈ ਜੀ ਆਪਣਾ ਜੀ, ਸੁਨਾਮ ਰੋਡ 'ਤੇ ਹੀ, ਸਭ ਨੂੰ ਪਤਾ ਜੀ ਜੀ। ਅਤੇ ਲਓ ਵੀ ਦੋਸਤੋ, ਕੋਠੀ ਦਾ ਟੂਰ ਵੀ ਦੱਸੋ ਕਿਵੇਂ ਲੱਗਿਆ, ਕੋਠੀ ਤੁਹਾਨੂੰ ਕਿਵੇਂ ਲੱਗੀ? ਅਤੇ ਦੂਜਾ ਬਾਈ ਹੋਰਾਂ ਟਾਇਲ ਲਾਈ ਆ, ਟਾਇਲ ਖਾਸ ਕਰਕੇ ਦਿਖਾਉਣ ਆਏ ਸੀਗੇ ਵੀ ਲੱਗਣ ਤੋਂ ਬਾਅਦ ਕਿਵੇਂ ਆਉਂਦੀ ਉੱਡਦੀ ਹੈ ਅਤੇ ਕੀ ਇਹਦੀ ਕੁਆਲਿਟੀ ਰਹਿੰਦੀ ਆ, ਤਾਂ ਟਾਇਲ ਬਾਰੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਤੁਸੀਂ ਘਰ ਦੇ ਵਿੱਚ ਵਧੀਆ ਕੁਆਲਿਟੀ ਦੇ ਬ੍ਰਾਂਡਡ ਟਾਇਲਾਂ ਲਾਉਣਾ ਚਾਹੁੰਦੇ ਹੋ ਤਾਂ ਬਾਈ ਹੋਰਾਂ ਦਾ ਨੰਬਰ ਸਕ੍ਰੀਨ 'ਤੇ, ਬਾਈ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ। ਧੰਨਵਾਦ ਦੋਸਤੋ।